ਸੁਣ ਕੇ ਧੀਰਜ ਦਿੱਤਾ ਕਿ ਮੈਂ ਗੁਰੂ ਨਾਨਕ ਦੇ ਰੂਪ ਵਿੱਚ ਆਵਾਂਗਾ, ਤੂੰ ਫਿਕਰ ਨਾ ਕਰ, ਤੇਰਾ ਭਾਰ ਹੌਲਾ ਕਰ। ਚਾਰ ਉਦਾਸੀਆਂ ਧਾਰਨ ਕੀਤੀਆਂ, ਚਾਰੇ ਉਦਾਸੀਆਂ ਵਿੱਚ ਸਾਰੀ ਸ੍ਰਿਸ਼ਟੀ ਸਾਖੀ ਕਿ ਉਸ ਵਕਤ ਦੋਵੇਂ ਬੱਚੇ ਆਏ ਤੇ ਸਮਾਂ ਬਤੀਤ ਹੋਇਆ ਤੇ ਗੁਰੂ ਨਾਨਕ ਦੇਵ ਮਹਾਰਾਜ ਸਮਾਂ ਪੂਰਾ ਕਰਕੇ ਚਾਦਰ ਲੈ ਕੇ ਵਿਰਾਜਮਾਨ ਹੋ ਕੇ ਸਰੀਰ ਛੱਡ ਗਏ ਤੇ ਉਸ ਵਕਤ ਬਾਅਦ ਵਿੱਚ ਰੌਲਾ ਪੈ ਗਿਆ। ਮੁਸਲਮਾਨ ਭਰਾ ਕਹਿਣ ਲੱਗੇ ਅਸੀਂ ਆਪਣੀ ਮਰਿਆਦਾ ਅਦਾ ਕਰਨੀ ਹੈ, ਹਿੰਦੂ ਭਰਾ ਕਹਿਣ ਲੱਗੇ ਅਸੀਂ ਆਪਣੀ ਮਰਿਆਦਾ ਅਦਾ ਕਰਨੀ। ਉੱਧਰ ਲਕਸ਼ਮੀ ਦਾਸ ਸ੍ਰੀ ਚੰਦ ਜੀ ਨੂੰ ਪਤਾ ਲੱਗਿਆ ਕਿ ਅਸੀਂ ਗਲਤੀ ਕੀਤੀ ਹੈ, ਫਿਕਰ ਨਾ ਕਰੋ, ਇਹ ਸੇਵਕ ਦੀ ਵਸਤੂ ਸੀ, ਸੇਵਕ ਨੂੰ ਮਿਲ ਗਈ। ਸੋ ਵਚਨ ਬਿਲਾਸ ਕਰਦੇ ਰਹੇ ਚਾਰ ਘੜੀਆਂ ਦਾ, ਜਦੋਂ ਸਮਾਂ ਪੂਰਾ ਹੋਇਆ ਤਾਂ ਮਹਾਰਾਜ ਕਹਿੰਦੇ ਚੰਗਾ ਭਾਈ ਸਮਾਂ ਹੋ ਗਿਆ, ਹੁਣ ਸਾਨੂੰ ਜਾਣ ਦਿਓ। ਤੇ ਸ੍ਰੀ ਚੰਦ ਜੀ ਕਹਿਣ ਲੱਗੇ ਮਹਾਰਾਜ ਹੋਰ ਦਰਸ਼ਨ ਦਿਓ। ਮਹਾਰਾਜ ਕਹਿਣ ਲੱਗੇ ਸ੍ਰੀ ਚੰਦ, ਬੇਟਾ ਤੁਸੀਂ ਮੰਗੀਆਂ ਚਾਰ ਘੜੀਆਂ ਸੀ, ਤੁਹਾਡੀ ਅਰਦਾਸ ਨਿਰੰਕਾਰ ਦੀ ਦਰਗਾਹ ਦੇ ਵਿੱਚ ਚਾਰ ਘੜੀਆਂ ਦੀ ਲਿਖੀ ਗਈ ਹੈ। ਜੇ ਤੁਸੀਂ ਚਾਰ ਯੁਗਾਂ ਦਾ ਸਮਾਂ ਮੰਗ ਲੈਂਦੇ ਤਾਂ ਅਸੀਂ ਚਾਰ ਯੁਗ ਰਹਿ ਪੈਂਦੇ। ਵਚਨ ਕਰਕੇ ਮਹਾਰਾਜ ਦੇ ਵਿੱਚ ਚਾਦਰ ਤਾਣੀ। ਮਹਾਰਾਜ ਨੂੰ ਪਤਾ ਸੀ ਕਿ ਦੋਵੇਂ ਭਰਾ ਮੁਸਲਮਾਨ ਹਿੰਦੂ ਭਰਾ ਝਗੜਾ ਕਰਨਗੇ, ਸਰੀਰ ਦੀ ਬੇਅਦਬੀ ਨਾ ਹੋਵੇ, ਇਸ ਕਰਕੇ ਮਹਾਰਾਜ ਨੇ ਸਰੀਰ ਦੇ ਪੰਜਾਂ ਤੱਤਾਂ ਨੂੰ ਪੰਜਾਂ ਤੱਤਾਂ ਵਿੱਚ ਮਿਲਾ ਦਿੱਤਾ। ਬਾਅਦ ਵਿੱਚ ਦੋਹਾਂ ਨੂੰ ਚਾਦਰ ਮਿਲੀ ਆਪਣੀ ਆਪਣੀ ਮਰਿਆਦਾ ਅਦਾ ਕਰਨ ਵਾਸਤੇ। ਦੋਹਾਂ ਨੇ ਅੱਧੀ ਅੱਧੀ ਚਾਦਰ ਪਾੜ ਕੇ ਆਪਣੀ ਮਰਿਆਦਾ ਧਰਮ ਅਨੁਸਾਰ ਅਦਾ ਕੀਤੀ। ਸੋ ਇੱਧਰ ਗੁਰੂ ਨਾਨਕ ਦੇਵ ਮਹਾਰਾਜ ਨੇ ਗੁਰਦਾ ਗੱਦੀ ਦੇ ਕੇ ਗੁਰੂ ਅੰਗਦ ਦੇਵ ਮਹਾਰਾਜ ਨੂੰ ਖਡੂਰ ਸਾਹਿਬ ਜਾਣ ਵਾਸਤੇ ਆਗਿਆ ਦੇ ਦਿੱਤੀ ਸੀ। ਮਹਾਰਾਜ ਦੂਸਰੇ ਪਾਤਸ਼ਾਹ ਖਡੂਰ ਸਾਹਿਬ ਰਹਿੰਦੇ ਨੇ। ਜਦੋਂ ਮੈਸੇਜ ਮਿਲਿਆ ਕਿ ਗੁਰੂ ਨਾਨਕ ਦੇਵ ਮਹਾਰਾਜ ਸੱਚਖੰਡ ਪਧਾਰ ਗਏ ਨੇ, ਉਸ ਵਕਤ ਗੁਰੂ ਅੰਗਦ ਦੇਵ ਮਹਾਰਾਜ ਦੇ ਨੇਤਰਾਂ ਵਿੱਚ
ਮੈਂ ਰਾਵਣ ਦਾ ਜਲ ਆ ਗਿਆ, ਹੋਰ ਕੁਝ ਨਹੀਂ ਸੁੱਝਿਆ। ਇੱਕੋ ਹੀ ਧਾਰਨਾ ਮਹਾਰਾਜ ਨੇ ਉਚਾਰਨ ਕੀਤੀ, ਜਿਨ੍ਹਾਂ ਨਾਲ ਸੀ ਪਰਿਤਾ ਮੇਰੇ ਮਨ ਦੀਆਂ, ਉਹਨਾਂ ਤੋਂ ਪਹਿਲਾਂ ਮਹਲਾ ਤੀਜਾ ਆਨੰਦ ਕੋ ਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੇ ਕਹਿ ਗੁਰ ਰਹਿ ਪਰ ਗੁਰੂ ਰੇ ਵੰਤ
ਪਿਛਲੇ ਦਿਨੀ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਗੁਰੂ ਚਰਨਾਂ ਵਿੱਚ ਜਾ ਵਰਾਜੇ ਨੇ। ਇਲਾਕੇ ਦੇ ਪੰਚ ਸਰਪੰਚ ਦਰਜਾ ਦਰਜਾ ਵੱਖੋ ਵੱਖਰੀਆਂ ਪਾਰਟੀਆਂ ਦੇ ਅਹੁਦੇਦਾਰ ਸਾਹਿਬਾਨ ਉਹ ਵੀ ਹਾਜ਼ਰੀ ਲਵਾ ਕੇ ਗਏ ਨੇ ਤੇ ਹੁਣ ਮੈਂ ਬੇਨਤੀ ਕਰੂੰਗਾ ਸਰਦਾਰ ਮਲਕੀਤ ਸਿੰਘ ਜੀ ਗੋਗਾ ਪ੍ਰਧਾਨ ਨਗਰ ਕੌਂਸਲ ਪਹਿਲ ਉਹ ਵੀ ਮਾਤਾ ਰਕਸ਼ਾ ਦੇਵੀ ਜੀ ਨੂੰ ਆਪਣੇ ਸ਼ਰਧਾ ਤੇ ਸਤਿਕਾਰ ਤੇ ਫੁੱਲ ਭੇਟ ਕਰਨ ਸਰਦਾਰ ਮਲਕੀਤ ਸਿੰਘ ਜੀ ਗੋਗਾ। ਦਸੇ ਪਾਤਸ਼ਾਹ ਦੀ ਪਵਿੱਤਰ ਹਜ਼ੂਰੀ ਵਿੱਚ ਰਾਜਮਾਨ ਗੁਰੂ ਪਿਆਰੇ ਗੁਰੂ ਸਾਹਿਬ ਸਿੰਘ ਜੀ ਬਲਾਕ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਸਾਰੇ ਸਾਡੇ ਬਹੁਤ ਹੀ ਸਤਿਕਾਰਯੋਗ ਮਾਤਾ ਰਕਸ਼ਾ ਦੇਵੀ ਜੀ ਦੀ ਅੰਤਮ ਅਰਦਾਸ ਸ਼ਾਮਿਲ ਹੋਏ ਹਾਂ। ਸਾਰਿਆਂ ਨੇ ਮਿਲ ਕੇ ਸੰਗਤ ਦੇ ਰੂਪ 'ਚ ਅਰਦਾਸ ਬੇਨਤੀ ਜੋਦਰੀ ਕੀਤੀ ਹੈ ਕਿ ਇਹ ਸੱਚੇ ਪਾਤਸ਼ਾਹ ਉਸ ਨਿਚਰ ਤੁਰਕੀ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਲਈ ਅਤੇ ਪਿੱਛੇ ਪਰਿਵਾਰ ਨੂੰ ਸਾਨੂੰ ਸਾਰਿਆਂ ਨੂੰ ਇਲਾਕਾ ਨਿਵਾਸੀਆਂ ਨੂੰ ਭਾਣਾ ਮੰਨਣ ਦਾ ਬਦਲਾ ਸੀ। ਜਿਸ ਤਰ੍ਹਾਂ ਮਾਂ ਦੀ ਡੈਫੀਨੇਸ਼ਨ ਮੇਰੇ ਛੋਟੇ ਭਰਾ ਜਗਿੰਦਰ ਆਜ਼ਾਦ ਜੀ ਦੱਸ ਰਹੇ ਸੀ, ਮਾਂ ਦੇ ਬਾਬਤ ਬਹੁਤ ਕੁਛ ਬੋਲਿਆ ਜਾ ਸਕਦਾ। ਮਾਂ ਭਾਵੇਂ ਇੱਕ ਲਫ਼ਜ਼ ਦਾ ਨਾਂ ਹੈ, ਪਰੰਤੂ ਦੁਨੀਆ ਦੀ ਮਮਤਾ ਜਿਹੜੀ ਇਹ ਇਸ ਨਾਂ 'ਚ ਸਮਾ ਜਾਂਦੀ ਹੈ। ਭਾਵੇਂ ਨਏ ਮਾਤਾ ਜੀ ਨੂੰ ਨਿੱਜੀ ਤੌਰ 'ਤੇ ਕਦੇ ਨਹੀਂ ਮਿਲਿਆ, ਪਰੰਤੂ ਉਹਨਾਂ ਦੇ ਸਪੁੱਤਰ ਦਵਿੰਦਰਜੀਤ ਜੀ ਹਮੇਸ਼ਾ ਹੀ ਮਿਲਦੇ ਰਹਿੰਦੇ ਹੈ ਅਤੇ ਉਹਨਾਂ ਨੂੰ ਉਹਨਾਂ ਦੇ ਸੁਭਾਅ ਤੋਂ ਦੇਖ ਕੇ ਮਹਿਸੂਸ ਹੁੰਦਾ ਕਿ ਉਹ ਮਾਤਾ ਗੁਣਾਂ ਨਾਲ ਭਰਪੂਰ ਹੋਏਗੀ ਜਿਹਨੇ ਇਸ ਤਰ੍ਹਾਂ ਦੀ ਔਲਾਦ ਨੂੰ ਜਨਮ ਦਿੱਤਾ। ਬਹੁਤ ਸਾਰੇ ਪੰਚ ਸਰਪੰਚ ਵੱਖੋ ਵੱਖਰੀਆਂ ਪਾਰਟੀਆਂ ਤੋਂ ਉਹਨਾਂ ਵੱਲੋਂ ਵੀ ਸੋਚ ਦੇ ਭੇਜੇ ਗਏ ਨੇ
ਪਰਿਵਾਰ ਦੇ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਵੀ ਕੀਤਾ ਗਿਆ। ਤੇ ਹੁਣ ਮੈਂ ਬੇਨਤੀ ਕਰੂੰਗਾ ਸਰਦਾਰ ਲਖਵੀਰ ਸਿੰਘ ਜੀ, ਲੱਖਾ ਜੀ, ਸਾਬਕਾ ਵਿਧਾਇਕ, ਪਹਿਲ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ, ਜਦੋਂ ਜਿਹੜਾ ਕੰਮ ਨਸ਼ਾ ਪਾਤਸ਼ਾਹੀਆਂ ਦੀ ਜਲਦੀ ਜੋ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਵਿਰਾਜਮਾਨ, ਗੁਰੂ ਗ੍ਰੰਥ ਸਾਹਿਬ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਦਿਨ ਆਵੇ ਸੋ ਦਿਨ ਜਾਈ, ਕਰਨਾ ਕੂਚ ਰਹਿਣ ਫਿਰਨਾਈ। ਗੁਰੂ ਮਹਾਰਾਜ ਜੀ ਦੇ ਹੁਕਮ ਅਨੁਸਾਰ ਜੋ ਇਨਸਾਨ, ਜੋ ਜੀਵ ਇਸ ਧਰਤੀ 'ਤੇ ਆਉਂਦਾ, ਉਸਨੇ ਇੱਕ ਨਾ ਇੱਕ ਦਿਨ ਚਲੇ ਜਾਣਾ। ਜਿਸ ਤਰ੍ਹਾਂ ਅੱਜ ਆਪਾਂ ਸਾਰੇ ਮਾਤਾ ਰਕਸ਼ਾ ਦੇਵੀ ਜੀ ਨੂੰ ਅੰਤਮ ਅਰਦਾਸ ਵਿੱਚ ਸਿੱਧਾ ਸਲਾਮ, ਸ਼ਰਧਾ ਸਤਿਕਾਰ ਭੇਟ ਕਰਨ ਲਈ ਇਕੱਤਰ ਹੋਏ ਹਾਂ। ਮੇਰੇ ਤੋਂ ਪਹਿਲਾਂ ਸਰਦਾਰ ਮਨਕੀਤ ਸਿੰਘ ਗੋਗਾ ਜੀ ਦਾ, ਜਗਿੰਦਰ ਸਿੰਘ ਆਜ਼ਾਦ ਜੀ ਨੇ ਮਾਤਾ ਜੀ ਦੇ ਬਾਰੇ, ਪਰਿਵਾਰ ਬਾਰੇ ਬੜੇ ਵਿਸਤਾਰਪੂਰਵਕ ਦੱਸਿਆ। ਮੈਨੂੰ ਵੀ ਪਿਛਲੇ 20-22 ਸਾਲਾਂ ਤੋਂ ਇਸ ਪਰਿਵਾਰ ਵਿਚਰਨ ਦਾ ਮੌਕਾ ਲੱਗਿਆ, ਮਿਲਣ ਦਾ ਮੌਕਾ ਲੱਗਦਾ ਰਿਹਾ। ਮਾਤਾ ਜੀ ਦੇ ਸਪੁੱਤਰ ਕਰਮਜੀਤ ਜੀ, ਦਵਿੰਦਰਜੀਤ ਜੀ, ਇਹਨਾਂ ਨੇ ਬੜੀ ਸੇਵਾ ਕੀਤੀ ਆ ਮਾਤਾ ਜੀ। ਪਿਛਲੇ ਫਰਵਰੀ ਤੋਂ ਬਿਮਾਰ ਸੀ ਮਾਤਾ ਜੀ, ਪਰ ਇਹਨਾਂ ਨੇ ਮਿਹਨਤ ਜਿੰਨੀ ਕੀਤੀ, ਜਿੰਨੀ ਦੁਨਿਆਵੀ ਜੀਵ ਹੋਣ ਦੇ ਨਾਤੇ ਕਰ ਸਕਦੇ ਸੀ, ਆਪਣੀ ਹੈਸੀਅਤ ਤੋਂ ਵੱਧ ਕੇ। ਕਿਉਂਕਿ ਇੱਕ ਮਾਂ ਬਾਪ ਹੁੰਦਾ ਜਿਹੜਾ ਸਾਨੂੰ ਦੁਨੀਆ ਦਿਖਾਉਂਦਾ, ਜਿਹੜਾ ਸਾਨੂੰ ਇਸ ਸੰਸਾਰ 'ਤੇ ਲੈ ਕੇ ਆਉਂਦਾ। ਇਹਨਾਂ ਨੇ ਬਖੂਬੀ ਆਪਣਾ ਫਰਜ਼ ਆ ਜਿਹੜਾ ਨਿਭਾਇਆ। ਇਸ ਪਰਿਵਾਰ ਨੇ ਹਮੇਸ਼ਾ ਇਸ ਨਗਰ ਦੀ ਸੇਵਾ ਕੀਤੀ ਹੈ ਬਤੌਰ ਪੰਚ ਦੇ ਤੌਰ 'ਤੇ। ਮਾਤਾ ਜੀ ਵੀ 1980 ਤੋਂ ਪੰਚ ਰਹੇ, ਹੁਣ ਇਹਨਾਂ ਦੇ 9 ਭੈਣ ਜੀ ਆਸ਼ਾ ਦੇਵੀ, ਉਹ ਪੰਚ ਵੀ ਨੇ ਅਤੇ PABD ਬੈਂਕ ਦਰਾਹਾ ਦੇ ਡਾਇਰੈਕਟਰ ਵੀ ਨੇ। ਰਾਜਨੀਤਿਕ ਤੌਰ 'ਤੇ ਕਾਂਗਰਸ ਪਾਰਟੀ ਨਾਲ ਪਹਿਲੇ ਦਿਨ ਤੋਂ ਸ਼ਹੀਦੀ ਆਲਮ ਸਰਦਾਰ ਬੇਅੰਤ ਸਿੰਘ ਦੇ ਪਰਿਵਾਰ ਨਾਲ ਜੁੜੇ ਹੋਏ, ਕਿਉਂਕਿ ਉਹ ਪਰਿਵਾਰ ਨੇ ਜਿਨ੍ਹਾਂ ਨੇ ਸਮਾਜ ਦੇ ਸਮੇਂ ਦੇ ਹਾਣੀ ਬਣ ਕੇ ਆਪਣੀ ਔਲਾਦ ਨੂੰ ਅੱਗੇ ਤੋਰਿਆ। ਮਾਤਾ ਜੀ ਦੇ ਵਿੱਚ ਉਹ ਵਿਸ਼ੇਸ਼ ਗੁਣ ਸੀ ਜਿਹੜੇ ਕਿ ਉਸ ਪਰਿਵਾਰ ਦੇ ਦੋਵੇਂ ਸਪੁੱਤਰ ਕਰਮਜੀਤ ਚੰਦ ਅਤੇ ਦਵਿੰਦਰ ਜੀ ਸਮਾਜ ਦੀ ਸੇਵਾ ਕਰ ਰਹੇ ਨੇ, ਸਮਾਜ ਦੇ ਹਰ ਵਰਗ ਨਾਲ ਉਹਨਾਂ ਦਾ ਪ੍ਰੇਮ ਪਿਆਰ ਆ। ਅੱਜ ਜਿੰਨੇ ਵੀ ਰਿਸ਼ਤੇਦਾਰ, ਦੋਸਤ ਮਿੱਤਰ ਆਏ ਨੇ, ਜਾਂ ਆਲੇ ਦੁਆਲੇ ਇਲਾਕਿਆਂ ਦੇ ਪੰਚ ਸਰਪੰਚ ਆਏ ਨੇ, ਇਸ ਤੋਂ ਪਤਾ ਲੱਗਦਾ ਵੀ ਸਮਾਜ ਨੂੰ ਇਸ ਪਰਿਵਾਰ ਦੀ ਕੀ ਹੈ, ਕੀ ਗੁਣ ਨੇ ਇਹਨਾਂ ਅੰਦਰ, ਜਿਹੜੇ ਸਮਾਜ ਦਾ ਹਰ ਵਰਗ ਦਾ, ਹਰ ਪਾਰਟੀ ਦਾ ਨੁਮਾਇੰਦਾ, ਹਰ ਪਾਰਟੀ ਦਾ ਮੁਖੀ ਪਰਿਵਾਰ ਦੇ ਦੁੱਖ ਵਿੱਚ ਸ਼ਰੀਕ ਹੋਇਆ। ਸੋ ਆਪਾਂ ਸਾਰੇ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਜੋਗੜੀ ਅਰਦਾਸ ਕੀਤੀ ਆ, ਪਰਮਾਤਮਾ ਮਾਤਾ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਸਥਾਨ ਬਖਸ਼ਣ, ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਮੈਂ ਆਪਣੇ ਵੱਲੋਂ, ਆਪਣੀ ਪਾਰਟੀ ਕਾਂਗਰਸ ਵੱਲੋਂ, ਜ਼ਿਲ੍ਹਾ ਕਾਂਗਰਸ ਕਮੇਟੀ ਵੱਲੋਂ ਮਾਤਾ ਜੀ ਦੇ ਨਿਮਿਤ ਸ਼ਰਧਾ ਅਤੇ ਸਤਿਕਾਰ ਭੇਟ ਕਰਦਾ ਕਿ ਮੈਂ ਦਾ ਜਾਚਕਾਂ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸੋ ਮੈਂ ਬੇਨਤੀ ਕਰੂੰਗਾ ਸਰਦਾਰ ਗੁਰਦੀਪ ਸਿੰਘ ਜੀ ਜਲਮਦਲ ਕਿ ਉਹ ਆਈਆਂ ਸੰਗਤਾਂ ਦਾ ਧੰਨਵਾਦ ਕਰਨ। ਸਰਦਾਰ ਗੁਰਦੀਪ ਸਿੰਘ ਜੀ ਵਾਈਸ ਚੇਅਰਮੈਨ ਮਾਰਕੀਟ ਕਮੇਟੀ ਮਲਾਓ, ਹਜ਼ੂਰ ਦੀ ਹਜ਼ੂਰੀ ਦੇ ਅੰਦਰ ਅੰਤਾਂ ਦੀ ਦੁੱਖ ਦੀ ਘੜੀ ਦੇ ਵਿੱਚ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਆਈ ਗੁਰੂ ਪਿਆਰੀ ਗੁਰੂ ਸਵਾਰੀ ਸਾਹਿਬ ਸੰਗਤ ਜੀਓ, ਰਸਤਾ ਨੂੰ ਕਰੋ ਪਵਿੱਤਰ ਬਲਾਓ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਤੇਰਾ ਜੀ ਲਿਖਿਆ ਤੇਰਾ ਹੁਕਮ ਕਮਾਏ ਘੱਲੇ ਆਵੇ ਨਾਨਕਾ ਸਦੇ ਉਪਜਾਏ ਦੇ ਮਹਾਂਮਾਰਗ ਦੇ ਅਨੁਸਾਰ ਸਾਡੇ ਬਹੁਤ ਹੀ ਸਤਿਕਾਰਯੋਗ ਮਾਤਾ ਜੀ ਜਿੰਨੀ ਅਕਾਲ ਪੁਰਖ ਨੇ ਉਹਨਾਂ ਨੂੰ ਸਵਾਸਾਂ ਦੀ ਪੂੰਜੀ ਬਖਸ਼ੀ ਉਸ ਪੂੰਜੀ ਨੂੰ ਬਾਖੂਬੀ ਭੋਗਦੇ ਹੋਏ ਉਹ ਪਰਮ ਪਿਤਾ ਪਰਮੇਸ਼ਰ ਦੀ ਦਰਗਾਹ ਦੇ ਅੰਦਰ ਜਾਪ ਦਾ ਪੰਜਾਬੀ ਦੇ ਬੜੇ ਮਸ਼ਹੂਰ ਰਾਈਟਰ ਪ੍ਰੋਫੈਸਰ ਮੋਹਨ ਸਿੰਘ ਜੀ ਦੀਆਂ ਲਾਈਨਾਂ ਉਹਨਾਂ ਨੂੰ ਹਮੇਸ਼ਾ ਦੇ ਲਈ ਅਮਰ ਕਰ ਗਈਆਂ। ਉਹਨਾਂ ਲਿਖਿਆ ਕਿ ਮਾਂ ਵਰਗਾ ਘਨਸ਼ਾਮਾ ਬੂਟਾ ਮੈਨੂੰ ਕਿਧਰੇ ਨਜ਼ਰ ਨਾ ਆਵੇ ਲੈ ਕੇ ਜਿਸ ਤੋਂ ਸ਼ਾਮਦਾਰੀ ਰੱਬ ਨੇ ਸਵਰਗ ਬਣਾਇਆ। ਗੁਰੂ ਖਾਲਸਾ ਜੀ ਜਿੰਨੀ ਵੀ ਸੰਗਤ ਰੂਪ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਆਪਾਂ ਸਾਰੇ ਵਰਾਜੇ ਹਾਂ ਇਹ ਜੇ ਰੰਗਲਾ ਜੱਗ ਜਾਂ ਸੰਸਾਰ ਸਾਨੂੰ ਦਿਖਾਇਆ ਤੇ ਉਹ ਸਾਡੀਆਂ ਮਾਵਾਂ ਦੇ ਦੌਰ ਮੌਤ ਦੇ ਅਨੇਕਾਂ ਕਾਰਨ ਹੋ ਸਕਦੇ ਨੇ। ਅੱਜ ਕੱਲ੍ਹ ਯੁੱਗ ਦੇ ਦੌਰ ਦੇ ਵਿੱਚ ਖੁਦਕੁਸ਼ੀਆਂ ਹੋ ਰਹੀਆਂ ਨੇ ਕੋਈ ਗੋਲੀ ਮਾਰ ਕੇ ਮਰ ਰਿਹਾ ਕੋਈ ਨਹਿਰ 'ਚ ਛਾਲ ਮਾਰ ਕੇ ਮਰ ਰਿਹਾ ਕੋਈ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਰਿਹਾ। ਪਰ ਜੇ ਇਸ ਜੱਗ ਤੇ ਇਸ ਰੰਗਲੇ ਸੰਸਾਰ ਦੇ ਉੱਤੇ ਕੋਈ ਆਇਆ ਭਾਵੇਂ ਉਹ ਗੁਰੂ ਹੈ ਭਾਵੇਂ ਉਹ ਕੋਈ ਯੋਧਾ ਹੈ ਭਾਵੇਂ ਕੋਈ ਨੇਤਾ ਹੈ ਭਾਵੇਂ ਕੋਈ ਸਾਇੰਟਿਸਟ ਹੈ ਉਹਨੂੰ ਰਾਹੀ ਮਾਂ ਦੇ ਕੁੱਖੋਂ ਹੋ ਕੇ ਆਉਣਾ। ਇਸ ਕਰਕੇ ਦੂਜਾ ਰੂਪ ਰੱਬ ਦਾ ਮਾਂ ਨੂੰ ਮੰਨਿਆ ਜਾਂਦਾ। ਇਨਸਾਨ ਮਕਾਨ ਬਣਾ ਸਕਦਾ ਹੈ ਪਰ ਘਰ ਸਾਡੀਆਂ ਮਾਵਾਂ ਸਾਡੀਆਂ ਧੀਆਂ ਸਾਡੀਆਂ ਭੈਣਾਂ ਬਣਾਉਂਦੀਆਂ। ਅਸੀਂ ਕਿਤੇ ਵੀ ਸਮਾਜ ਦੇ ਵਿੱਚ ਵੱਡੇ ਵੱਡੇ ਚੌਧਰੀ ਹੋ ਕੇ ਵਿਚਰੀਏ ਪਰ ਉਹਨਾਂ ਦੀ ਬਦੌਲਤ ਸਾਡੀਆਂ ਮਾਵਾਂ ਭੈਣਾਂ ਧੀਆਂ ਦਾ ਬੜਾ ਵੱਡਾ ਯੋਗਦਾਨ ਰੋਲ ਹੈ। ਕਿਤੇ ਸੂਈ ਦੇ ਲੱਗੇ ਜੇ ਸਾਡਾ ਪਰਿਵਾਰ ਗਲਤੀ ਕਰ ਦੇਵੇ ਤਾਂ ਸਾਡਾ ਸਮਾਜ ਕਦੇ ਮਾਫ਼ ਨਹੀਂ ਕਰਦਾ। 75 ਸਾਲ ਦੀ ਉਮਰ ਜਿੱਥੇ ਮਾਤਾ ਜੀ ਉਹਨਾਂ ਨੇ ਜੇਠ ਹੱਠ ਤਪ ਤੇ ਦੇਖੇ ਉੱਥੇ ਸੌਣ ਭਾਦਰੋਂ ਵਰ ਦੇ ਵੀ ਨੇ। ਪਰਿਵਾਰ ਨੂੰ ਸਮੇਂ ਦਾ ਹਾਣੀ ਬਣਾਉਣ ਦੇ ਲਈ ਕਦੇ ਭੁੱਖੇ ਵੀ ਸੁੱਤੇ ਹੋਣ ਕਦੇ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਕਦੇ ਰੱਜ ਕੇ ਵੀ ਖਾਧੀ ਹੋਣ। ਉਹ ਸਮਾਂ ਦੇਖਿਆ ਜਦੋਂ ਸੀਮਤ ਸਾਧਨਾਂ ਦੇ ਵਿੱਚ ਆਪਣੇ ਬੱਚਿਆਂ ਨੂੰ ਪੜ੍ਹਾਇਆ ਸਮੇਂ ਦਾ ਹਾਣੀ ਬਣਾਇਆ। ਦੋ ਪੁੱਤਰ ਬੜੇ ਨੇ ਦੋ ਧੀਆਂ ਸਰਦਾਰ ਕਰਮਜੀਤ ਸਿੰਘ ਜੀ ਆਪਣਾ ਦਵਿੰਦਰ ਸਿੰਘ ਸ਼ਰਮਾ ਦਵਿੰਦਰ ਸ਼ਰਮਾ ਜੀ ਇਹ ਤੋਂ ਸਾਡਾ 92-93 ਸਾਡੇ ਕਾਲੇ ਟਾਈਮ ਦਾ ਸਾਡਾ ਭਰਾ ਸਾਡਾ ਸਾਥੀ ਉਦੋਂ ਦਾ ਹੀ ਵਾਹ ਇਸ ਪਰਿਵਾਰ ਔਰ ਖਾਸ ਕਰ ਧੀਆਂ ਦਾ। ਉਹ ਕਿਸੇ ਨੇ ਲਿਖਿਆ ਕਿ ਮਾਂ ਵੀ ਮੁੜ ਮੈਂ ਪੇਕੇ ਆਉਣਾ ਪੇਕੇ ਹੁੰਦੇ ਮਾਵਾਂ ਨਾਲ ਕਿਉਂਕਿ ਧੀਆਂ ਦਾ ਜਿਹੜਾ ਟਿਕਟ ਹੈ ਉਹ ਮਾਵਾਂ ਨਾਲ ਸਾਂਝਾ ਹੁੰਦਾ। ਭਾਵੇਂ ਭਰਜਾਈਆਂ ਬੜੀਆਂ ਸਿਆਣੀਆਂ ਨੇ ਛੋਟੀਆਂ ਵੱਡੀਆਂ ਭੈਣਾਂ ਦੀ ਤਰ੍ਹਾਂ ਨੇ ਪਰ ਮਾਂ ਦਾ ਜਿਹੜਾ ਕੱਟ ਹੈ ਉਹ ਕਦੇ ਨਹੀਂ ਪੂਰਾ ਹੋ ਸਕਦਾ।